ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਲੇਟੈਸਟ ਕਲੈਕਸ਼ਨ ਜਿਹਦੇ ਵਿੱਚ ਕਿ ਤੁਹਾਡੇ ਸਾਹਮਣੇ ਅਸੀਂ ਅਨਸਟਿਚ ਪੀਸ ਤੁਹਾਨੂੰ ਦਿਖਾਵਾਂਗੇ। ਤਕਰੀਬਨ ਸਭ ਦੇ ਵਿੱਚ ਸਿੰਗਲ ਸਿੰਗਲ ਕਲਰ ਆਏ ਨੇ, ਬਹੁਤ ਹੀ ਪਿਆਰੇ ਕੋਨਸੈਪਟ ਨੇ, ਫੈਬਰਿਕ ਵੀ ਸਾਰੇ ਨਵੇਂ ਨੇ, ਇੰਬਰਾਇਡਰੀ ਦੇ ਸਟਾਈਲ ਕਲਰ ਮੈਚਿੰਗ ਬਿਲਕੁਲ ਟੋਟਲੀ ਡਿਫਰੈਂਟ। ਤਕਰੀਬਨ 20 ਦੇ ਆਸ ਪਾਸ ਪੀਸ ਦਿਖਾਵਾਂਗੇ, ਇਹ ਡਬਲ ਪੀਸ ਹੈ, ਬਾਕੀ ਤਕਰੀਬਨ ਸਾਰੇ ਹੀ ਮੈਂ ਕਿਹਾ ਸਿੰਗਲ ਸਿੰਗਲ ਪੀਸ ਹੋਣਗੇ, ਹੋ ਸਕਦਾ 2-4 ਡਿਜ਼ਾਈਨ ਹੋਣਗੇ ਜਿਨ੍ਹਾਂ ਦੇ ਵਿੱਚ ਕਲਰ ਆਪਸ਼ਨ ਆਪਣੇ ਕੋਲ ਆਏਗੀ। ਅਤੇ ਇਹਦੇ 'ਚ ਫੈਬਰਿਕ ਕੁਛ ਹੈਗੇ ਨੇ ਪਿਓਰ ਮਲਸ ਦੇ ਵਿੱਚ ਨੇ, ਕੁਛ ਪਿਓਰ ਜੋਰਜਟ ਦੇ ਵਿੱਚ ਨੇ, ਕੁਛ ਪਿਓਰ ਜੋਰਜਟ ਔਰਗੈਂਜ਼ਾ ਦੇ ਵਿੱਚ ਨੇ, ਕੁਛ ਬਨਾਰਸੀ ਉੱਤੇ ਨੇ, ਮਤਲਬ ਟੋਟਲੀ ਡਿਫਰੈਂਟ ਚੀਜ਼ਾਂ ਤੁਹਾਡੇ ਸਾਹਮਣੇ ਜਦੋਂ ਤੁਹਾਨੂੰ ਦਿਖਾਵਾਂਗੇ ਤੁਸੀਂ ਵਾਕਈ ਕਹੋ ਕਿ ਵਾਓ, ਸਾਰੀ ਐਕਸਕਲੂਸਿਵ ਚੇਂਜ ਹੈ ਜੀ ਇਹਦੀ। ਅਤੇ ਇਹਨਾਂ ਦੀ ਬੁਕਿੰਗ ਵਾਸਤੇ ਆਪਾਂ ਤੁਹਾਨੂੰ 3 ਨੰਬਰ ਸ਼ੋਅ ਕਰਦੇ ਹਾਂ ਹਮੇਸ਼ਾ, ਬਟੇ ਨੰਬਰ ਹੋ ਜਾਣਾ ਕਰਾਇਓ ਕਿ ਬਈ ਹਾਂਜੀ, ਇਹ 3 ਨੰਬਰ ਸਾਡੇ ਸਟੋਰ ਦੇ, ਜਿਹੜੇ 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਜਲਦੀ ਵੀਡੀਓ 'ਚੋਂ ਸਕਰੀਨ ਛੋੜ ਲੈ ਕੇ 3 ਨੰਬਰਾਂ 'ਚੋਂ ਕਿਸੇ ਵੀ ਨੰਬਰ 'ਤੇ ਪਿੱਕ ਭੇਜ ਕੇ ਆਪਣੇ ਪੀਸ ਤੁਸੀਂ ਫਾਈਨਲ ਕਰ ਸਕਦੇ ਹੋ। ਵਰਲਡ ਵਾਈਡ ਸ਼ਿਪਮੈਂਟ ਆਪਣੀ, ਕਿਤੇ ਵੀ ਤੁਸੀਂ ਪਾਰਸਲ ਮੰਗਵਾਉਣਾ ਚਾਹੁੰਦੇ, ਚਾਹੇ ਤੁਸੀਂ ਇੰਡੀਆ ਚਾਹੇ ਤੁਸੀਂ ਆਊਟ ਆਫ ਇੰਡੀਆ, ਆਪਣੇ ਕੋਲ ਹਰ ਤਰ੍ਹਾਂ ਦਾ ਅਰੇਂਜਮੈਂਟ ਹੈ ਪਾਰਸਲ ਭੇਜਣ ਦਾ। ਇੰਡੀਆ ਵਿੱਚ ਤਕਰੀਬਨ 3-4 ਦਿਨ ਲੱਗਦੇ ਨੇ, ਆਊਟ ਆਫ ਇੰਡੀਆ ਤਕਰੀਬਨ 1 ਹਫ਼ਤੇ ਤੋਂ ਅੰਦਰ ਅੰਦਰ ਪਾਰਸਲ ਪਹੁੰਚ ਜਾਂਦਾ ਹਰ ਜਗ੍ਹਾ। ਪੇਮੈਂਟ ਤੁਸੀਂ ਇੰਡੀਆ ਤੋਂ ਵੀ ਕਰ ਸਕਦੇ ਹੋ, ਆਊਟ ਆਫ ਇੰਡੀਆ ਤੋਂ ਵੀ ਕਰ ਸਕਦੇ ਹੋ, ਬਾਕੀ ਤੁਹਾਨੂੰ ਜਿਹੜੇ ਨੰਬਰ ਦਿਖਾਏ ਸੀ ਤੁਸੀਂ ਕੋਸ਼ਿਸ਼ ਕਰਨੀ ਕਿ ਉਹਨਾਂ ਨੰਬਰਾਂ 'ਤੇ ਹੀ ਕੰਟੈਕਟ ਕਰਨਾ ਵਾ, ਠੀਕ ਹੈ ਜੀ। ਲਓ ਜੀ, ਫਸਟ ਪੀਸ ਅਸੀਂ ਪਾਇਆ ਡਮੀ 'ਤੇ, ਇਹ ਸਾਡੇ 2 ਹੈਗੇ ਨੇ ਹੋਲਸੇਲ ਸੈਕਸ਼ਨ ਦੇ ਨੰਬਰ ਨੇ, ਅਗਰ ਤੁਸੀਂ ਹੋਲਸੇਲ ਦੇ ਵਿੱਚ ਬਾਏ ਕਰਨਾ ਚਾਹੁੰਦੇ ਫਿਰ ਤੁਸੀਂ ਇਹਨਾਂ ਨੰਬਰਾਂ 'ਤੇ ਕੰਟੈਕਟ ਕਰ ਸਕਦੇ ਹੋ। ਅਤੇ ਲਓ ਜੀ, ਫਸਟ ਅਸੀਂ ਡਮੀ 'ਤੇ ਪੀਸ ਪਾਇਆ, ਨਾਲ ਹੀ ਹੈਂਗ ਕੀਤਾ ਹੋਇਆ। ਇਹ ਜਿਹੜਾ ਫੈਬਰਿਕ ਹੈਗਾ ਪਿਓਰ ਮਲਸ ਵੋਵਨ ਦੇ ਵਿੱਚ ਆਈਟਮ ਆਈ ਸੀ, ਹਾਲੀ ਮਲਸ ਫੈਬਰਿਕ ਹੈ ਔਰ ਇਹ ਸਾਰੀ ਵੀਵਿੰਗ ਹੈ, ਉੜਤਾ ਪੱਟੀ ਨੈਕ ਦਿੱਤਾ ਹਲਕਾ ਜਿਹਾ ਬਰੀਕ, ਇਹ ਨੀਚੇ ਸਾਰਾ ਪੈਚਿੰਗ ਦਾ ਕੰਮ ਆਏਗਾ, ਨੀਚੇ ਲਾਈਟ ਜਾਂ ਗੋਲਡਨ ਤਿੱਲੇ ਦਾ ਘੇਰਾ ਆਏਗਾ। ਦੋਨੇ ਕਲਰ ਬਹੁਤ ਸੁਪਰ ਡੁਪਰ ਨੇ ਜਿਹੜੇ, ਦੁਪੱਟਾ 4 ਸਾਈਡ ਆਏਗਾ, ਕੋਰਨਰ ਦੇ ਉੱਤੇ ਇਸ ਤਰ੍ਹਾਂ ਬਰੋਚ ਆਣਗੇ ਬਣੇ ਹੋਏ, ਜੋਰਜਟ ਔਰਗੈਂਜ਼ਾ ਦੀ ਚੁੰਨੀ ਹੈ, ਚਾਰੇ ਪਾਸੇ ਬਾਰਡਰ ਆਏਗਾ, ਇਹ ਨਾਲ ਦੇਖੋ ਬਰੋਚ ਦੇ ਬਹੁਤ ਐਕਸਕਲੂਸਿਵ ਹੈ। ਇੱਕ ਹੈਗਾ ਯੈਲੋ ਕਲਰ, ਦੂਜਾ ਹੈਗਾ ਪੀ ਆਪਣਾ ਪਿਆਜ਼ੀ ਪਿੰਕ ਕਲਰ ਜੀ, ਸੈਂਟਰ ਵਾਲੇ ਨੰਬਰ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 1 'ਤੇ ਪ੍ਰਾਈਜ਼ ਪਏਗਾ ਸਿਰਫ 6,040 ਰੁਪਈਏ। ਤੁਹਾਡੀ ਲਾਈਕਿੰਗ ਹੈ, ਤੁਸੀਂ ਨੀਚੇ ਪੈਂਟ, ਪਲਾਜ਼ੋ, ਸ਼ਰਾਰਾ, ਗਰਾਰਾ ਜੋ ਮਰਜ਼ੀ ਬਣਾਓ, ਦੁਪੱਟਾ 4 ਸਾਈਡ ਆ, ਬਹੁਤ ਐਕਸਕਲੂਸਿਵ ਕੋਨਸੈਪਟ ਹੈ ਜੀ ਦੇ। ਨੈਕਸਟ ਚਲੋ ਜੀ, ਬਿਲਕੁਲ ਹਲੇ ਅਨਟੱਚ ਪੀਸ ਨੇ ਜੀ, ਕੰਮ ਦੇਖੋ ਜਦੋਂ ਤੁਸੀਂ ਕੀਤਾ ਆ। ਫੈਬਰਿਕ ਹੈਗਾ ਪਿਓਰ ਸ਼ਿਮਰ ਦੇ ਵਿੱਚ, ਪੂਰੇ 'ਤੇ ਲਹਿਰੀਆ ਪ੍ਰਿੰਟਿੰਗ ਕੀਤੀ ਹੈ, ਨੀਚੇ ਦੇਖੋ ਕੰਮ ਐਕਸਕਲੂਸਿਵ ਤੇ ਸਾਰਾ ਹਿੱਸਾ ਐਂਟੀਕ ਆਕਸ਼ਰਾਈਜ਼ ਦਾ ਕੰਮ ਹੈ, ਸਾਰਾ ਨੀਚੇ ਸਕੈਲਪਿੰਗ ਹੈ, ਨਾਲ ਨਾਲ ਪਰਲਸ ਹੈ, ਹਲਕਾ ਹਲਕਾ ਕਰਦਾਨਾ ਵਾ, ਇਹ ਪੂਰੀ ਸ਼ਰਟ ਦਾ ਇਸ ਤਰ੍ਹਾਂ ਘੇਰੇ 'ਤੇ ਕੰਮ ਆਏਗਾ ਜੀ ਦੇਖੋ ਵਿੱਚ, ਨਾਲ ਇਹਦੇ ਇਸ ਤਰ੍ਹਾਂ ਬਾਜ਼ੂ 'ਤੇ ਕੰਮ ਆਏਗਾ। ਅਤੇ ਨੈਕ ਤੁਸੀਂ ਆਪਣੀ ਮਰਜ਼ੀ ਨਾਲ ਡਿਵੈਲਪ ਕਰਨਾ ਵਾ, ਦੁਪੱਟਾ ਬਹੁਤ ਪਿਆਰਾ ਜੀ, ਦੁਪੱਟੇ ਦੇ ਪੱਲੇ ਦੋਨੇ ਹੈਵੀ ਨੇ, ਜਿੱਦਾਂ ਸ਼ਰਟ ਦਾ ਘੇਰਾ ਸੇਮ ਉੱਦਾਂ ਹੀ ਦੇਖੋ, ਪੈਚਿੰਗ ਦਾ ਕੰਮ ਵੀ ਇਹਦੇ 'ਚ ਹਲਕਾ ਜਿਹਾ, ਰੇਸ਼ਮ ਦਾ ਕੰਮ ਵੀ ਆ, ਤਿੱਲਾਂ ਵੀ ਆ, ਉਹ ਦੁਪੱਟਾ ਦੇਖੋ ਜੀ ਨਾਲ ਗੋਲਡਨ ਕੰਟਰਾਸਟ ਹੈ,
ਵਾਕਈ ਯਾਰ ਬਹੁਤ ਜ਼ਬਰਦਸਤ ਪੀਸ ਹੈ। ਮੇਰੇ ਕੋਲ ਤਿੰਨ ਕਲਰ ਆਏ ਨੇ ਜੀ, ਸਭ ਨਾਲ ਕੰਟਰਾਸਟ ਗੋਲਡਨ ਹੀ ਆਏਗਾ ਜੀ ਵਾਲਾ। ਇਹ ਹੈਗਾ ਨੀਚੇ ਬਲੂ ਗਰੀਨ, ਇਹ ਹੈਗਾ ਸੇਜ ਗਰੀਨ, ਇਹ ਹੈਗਾ ਡਸਟੀ ਪੀਚ ਕਲਰ ਜੀ ਵਾਲਾ। ਤਿੰਨੇ ਕਲਰ ਜੀ ਦਾ ਪਿਓਰ ਸ਼ਿਮਰ ਫੈਬਰਿਕ ਹੈ, ਸ਼ਿਮਰ ਦੀ ਚੁੰਨੀ ਹੈ, ਸਿਲਕ ਦੀ ਬੋਟਮ ਹੈ। ਆਈਟਮ ਨੰਬਰ 2 ਅਤੇ ਪ੍ਰਾਈਜ਼ ਆਪਾਂ ਨੂੰ ਪਏਗਾ ਸਿਰਫ 7570 ਰੁਪਏ, 7570। ਚਲੋ ਅੱਗੇ ਚੀਜ਼ਾਂ ਦੇਖੋ, ਸਾਰੇ ਐਕਸਕਲੂਸਿਵ ਪੀਸ, ਪਿਓਰ ਸ਼ਿਮਰ ਦੇ ਉੱਤੇ ਬਿਲਕੁਲ ਪ੍ਰਿੰਟਿੰਗ, ਨਵਾਂ ਕੌਨਸੈਪਟ ਹੈ, ਪੇਸਲੀ ਵਾਲੀ ਪ੍ਰਿੰਟਿੰਗ ਆਏਗੀ। ਇਹ ਸਾਰੇ ਆਪਣੀ ਪ੍ਰਿੰਟਿੰਗ ਕਰਾਉਣੀ ਪੈਂਦੀ ਹੈ ਜੀ ਲਈ, ਆਲ ਓਵਰ ਹੈ। ਇਹ 5 ਮੀਟਰ ਸੂਟਾਂ ਜੀ ਆਲ ਓਵਰ ਪੇਸਲੀ ਵਾਲਾ ਡਿਜ਼ਾਇਨ ਆ। ਨੀਚੇ ਕੰਮ ਦੇਖੋ ਜਰਾ, ਨੀਚੇ ਸਾਰਾ ਰਿਚ ਸਕੈਲਪਿੰਗ ਦੇ ਵਿੱਚ ਕੰਮ ਕੀਤਾ, ਸਾਰਾ ਘੜਦਾਨੇ ਦਾ ਕੰਮ ਹੈ, ਤਿੱਲੇ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਸਿੱਪੀ ਦਾ ਕੰਮ ਹੈ, ਨੋਟ ਦਾ ਕੰਮ ਹੈ, ਸ਼ਰਟ ਦਾ ਘੇਰਾ ਆਏਗਾ ਸਾਰਾ ਹੀ ਇਸ ਤਰ੍ਹਾਂ। ਇਹਦੇ 'ਚ ਪਹਿਲਾਂ 3 ਬੂਟੀਆਂ, ਫਿਰ 2 ਨੇ, ਪੂਰੀ ਸ਼ਰਟ ਦਾ ਘੇਰਾ ਆਏਗਾ ਉੱਪਰ ਤੱਕ। ਨੈਕ ਤੁਸੀਂ ਆਪਣੀ ਮਰਜ਼ੀ ਨਾਲ ਬਣਾਉਣਾ। ਇਹ ਥੋੜ੍ਹਾ ਜਿਹਾ ਸੋਬਰ, ਮਤਲਬ ਜਿਵੇਂ ਓਲਡ ਏਜ, ਜਿਵੇਂ ਆਪਾਂ ਕਹਿ ਲਈਏ ਤਕਰੀਬਨ 60-70 ਵਾਲਾ ਗਰੁੱਪ ਹੋ ਗਿਆ, 65-70 ਵਾਲਾ ਗਰੁੱਪ ਹੋ ਗਿਆ, ਜਾਂ 55-60 ਵਾਲਾ ਗਰੁੱਪ ਹੋ ਗਿਆ। ਬਾਕੀ ਹਰ ਇੱਕ ਦਾ ਟੇਸਟ ਆਪਣਾ ਆਪਣਾ, ਠੀਕ ਹੈ ਨਾ ਜੀ। ਜਿਵੇਂ ਨਾਨੀਆਂ ਦਾਦੀਆਂ ਨੇ ਜਾਂ ਮਾਮੀਆਂ ਚਾਚੀਆਂ ਨੇ, ਥੋੜ੍ਹਾ ਜਿਹਾ ਨਾ ਦੁਪੱਟਾ ਉਹਨਾਂ ਨੂੰ ਹੈਵੀ ਚਾਹੀਦਾ ਹੁੰਦਾ, ਦੁਪੱਟਾ ਉਹਨਾਂ ਨੇ ਸਿਰ 'ਤੇ ਵੀ ਕਰਨਾ ਹੁੰਦਾ, ਸਾਈਡ 'ਤੇ ਵੀ ਕਰਨਾ ਹੁੰਦਾ, ਕਈ ਵਾਰ ਬੁੱਕਲ ਵੀ ਮਾਰਨੀ ਪੈਂਦੀ ਹੈ। ਦੁਪੱਟਾ ਪਿਓਰ ਚਨੌਨ ਛਪਾਉਂਦਾ, ਚਾਰੇ ਪਾਸੇ ਦੁਪੱਟੇ 'ਚ ਇਕੁਅਲ ਇੰਬਰਾਇਡਰੀ ਹੈ, ਪਿਓਰ ਚਨੌਨ ਦੀ ਚੁੰਨੀ ਹੈ, ਗਰੇ ਦੇ ਨਾਲ ਗਰੇ ਦੁਪੱਟਾ। ਦੂਜਾ ਆਏਗਾ ਬਿਲਕੁਲ ਪੀਚਿਸ਼ ਕਲਰ ਜਿਹਾ, ਸਾਦਗੀ ਵਾਲਾ ਕਲਰ ਹੈ, ਦੁਪੱਟਾ ਨਾਲ ਸੇਮ ਹੀ ਆਏਗਾ। ਇਹ ਵੀ ਦੁਪੱਟਾ ਕਿੱਥੇ ਬੈਠੇ ਤਾਂ ਆਹ ਦੁਪੱਟਾ ਨਾਲ ਦੇਖੋ ਜੀ, ਬਹੁਤ ਪਿਆਰੇ ਆਰਟੀਕਲ ਨੇ ਜੀ, ਹਲੇ ਬਿਲਕੁਲ ਨਵੀਆਂ ਆਈਟਮਾਂ ਨੇ ਜੀ, ਜਸਟ ਓਪਨਿੰਗ ਆਪਾਂ ਤੁਹਾਡੀ ਹਲੇ ਕਰ ਰਹੇ ਹਾਂ ਬਿਲਕੁਲ ਜੀ। 3 ਨੰਬਰ ਆਈਟਮ ਜੀ, ਪ੍ਰਾਈਜ਼ ਇਹਦਾ ਪਏਗਾ 9130 ਰੁਪਈਏ ਜੀ। ਲਓ ਜੀ ਅਗਲਾ ਆਰਟੀਕਲ ਹੈ, ਇਹ ਵੀ ਥੋੜ੍ਹਾ ਜਿਹਾ ਮੀਡੀਅਮ ਦੇ ਵਿੱਚ ਹੀ ਆਇਆ ਜੀ। ਪੀਸ ਵਾਕਈ ਬਹੁਤ ਜ਼ਬਰਦਸਤ ਹੈ, ਸਾਰਾ ਹੈਂਡਵਰਕ ਹੈ ਜੀ ਇਹ। ਕਰੀਮ ਦਾ ਸੂਟ ਆ ਜੀ, 5 ਮੀਟਰ ਆਲ ਓਵਰ, ਨੀਚੇ ਸਾਰਾ ਤਿੱਲੇ ਦਾ ਕੰਮ ਆਏਗਾ, ਉਹਦੇ ਉੱਪਰ ਕੜਦਾਨੇ ਦਾ ਕੰਮ ਆਏਗਾ, ਦਬਕੇ ਦਾ ਕੰਮ ਆਏਗਾ, ਇਹ ਸ਼ਰਟ ਦਾ ਘੇਰਾ ਆਏਗਾ ਸਾਰਾ ਹੀ ਇਸ ਤਰ੍ਹਾਂ। ਆਲ ਓਵਰ ਦਬਕਾ ਆਏਗਾ, ਸਰਬੋਸਕੀ ਆਏਗੀ, ਕੜਦਾਨਾ ਆਏਗਾ, ਇਹ ਉੱਪਰ ਬੂਟੀ ਆਏਗੀ, ਫੁੱਲ ਬਾਜ਼ੂ ਆਏਗੀ। 5 ਮੀਟਰ ਸੂਟ ਹੈ ਪਿਓਰ ਕਰੀਮ ਦਾ, ਜਿਵੇਂ ਸੋਬਰ ਕੈਟਾਗਰੀ ਦੇ ਵਿੱਚ ਪੀਸ ਬਣਾਉਣਾ, ਬਿਲਕੁਲ ਮਾਡਰਨ ਟੱਚ ਹੈ, ਕਲਰ ਬਹੁਤ ਪਿਆਰਾ ਮੂਵਿਸ਼ ਕਲਰ ਹੈ। ਦੁਪੱਟਾ 4 ਸਾਈਡ ਹੈ ਦੇਖੋ, ਇਹਦੇ 'ਚ ਦੁਪੱਟੇ ਦੇ ਚਾਰੇ ਪਾਸੇ ਐਮਬਰਾਇਡਰੀ ਹੈ, ਤਿੱਲੇ ਦਾ ਕੰਮ ਆਏਗਾ, ਦਬਕੇ ਦਾ ਕੰਮ ਆਏਗਾ, ਕੜਦਾਨੇ ਦਾ ਕੰਮ ਆਏਗਾ। ਕਰੇਬ ਦਾ ਸੂਟ ਚਨੌਨ ਛਪਾਉਣ ਦੀ ਚੁੰਨੀ 4 ਸਾਈਡ ਬਾਰਡਰ ਦੇ ਵਿੱਚ। ਦੂਜਾ ਕਲਰ ਇਹ 'ਚ ਆਏਗਾ ਜੀ ਗ੍ਰੇ ਕਲਰ ਵਿੱਚ, ਐਕਸਕਲੂਸਿਵ ਟੇਸਟ, 4 ਸਾਈਡ ਬਾਰਡਰ ਕਰੇਬ ਦਾ ਸੂਟ ਚਨੌਨ ਛਪਾਉਣ ਚੁੰਨੀ। ਆਈਟਮ ਨੰਬਰ 4, ਪ੍ਰਾਈਜ਼ ਪਏਗਾ 9370, 9370। ਚਲੋ ਅੱਗੇ ਵਧੀਆ ਦੇਖੋ, ਪਿਓਰ ਮਲਸ ਦੇ ਵਿੱਚ ਆਈਟਮ ਆ ਗਈ, ਇਹ ਵੀ ਪੀਸ ਬਹੁਤ ਪਿਆਰਾ ਜੀ ਇਹਦਾ ਕਲਰ ਮੈਚਿੰਗ ਦੇਖੋ ਤੁਸੀਂ, ਵਾਕਈ ਕਹੋਗੇ ਯਾਰ ਸੁਪਰ ਡੁਪਰ। ਨਵੇਂ ਫੈਬਰਿਕ ਨੇ ਜੀ ਹਲੀ, ਪਿਓਰ ਮਲਸ ਦੇ ਉੱਤੇ ਆਈਟਮ ਆਈ ਹੈ ਜੀ। ਪੂਰੀ ਸ਼ਰਟ ਦਾ ਫਰੰਟ ਆਏਗਾ ਸਾਰਾ, ਐਮਬਰਾਇਡਰੀ ਹੈ ਸਾਰੀ ਇਸ ਤਰ੍ਹਾਂ ਇਹਦੇ 'ਚ, ਇਹਨੂੰ ਬੋਲਦੇ ਨੇ ਟੇਪਚੀ ਵਰਕ। ਇਹਦੇ 'ਚ ਬੋਕਸਿਸ ਬਣੇ ਨੇ, ਇਸ ਤਰ੍ਹਾਂ ਪਹਿਲਾਂ ਬੂਟੇ ਬਣੇ ਨੇ ਇਹਦੇ, ਫਿਰ ਇੱਕ ਇਸ ਤਰ੍ਹਾਂ ਹੈਵੀ 3 ਬੂਟੇ ਵਾਲਾ ਬੋਕਸ ਆ ਗਿਆ ਉੱਪਰ ਤੱਕ, ਫਿਰ ਰੈਕ ਦੀ ਆਪਸ਼ਨ ਆ ਗਈ ਸਾਰੀ ਉੱਪਰ।
ਇਹਦੇ ਕੜਦਾਣੇ ਦਾ ਕੰਮ ਆਏਗਾ, ਹਲਕਾ ਹਲਕਾ ਵਾਈਟ ਦੇ ਨਾਲ ਸੀਗਰੀਨ ਸਿੱਪੀ ਆਏਗੀ। ਇਹ ਪੂਰੀ ਸ਼ਰਟ ਦਾ ਫਰੰਟ ਆਏਗਾ ਦੇਖੋ ਇਸ ਤਰ੍ਹਾਂ। ਸਾਈਡਾਂ 'ਤੇ ਬੂਟੀਆਂ ਆਉਣਗੀਆਂ, ਦੁਪੱਟਾ ਫੋਰ ਸਾਈਡ ਬਾਰਡਰ ਪ੍ਰੋਪਰ ਬੂਟੀ ਦਾ ਚਾਲ। ਇਹ ਪਿਓਰ ਮਲਜ਼ ਫੈਬਰਿਕ ਆ, ਜਿੱਦਾਂ ਪਿਓਰ ਮਹੇਸ਼ਵਰੀ ਹੁੰਦੀ ਨਾ, ਥੋੜ੍ਹਾ ਜਿਹਾ ਮਤਲਬ ਹਲਕਾ ਜਿਹਾ ਸੈਮੀ ਫੋਰਮਲ ਲੁੱਕ ਵੀ ਆਪਾਂ ਪਾ ਸਕਦੇ ਹਾਂ, ਲੇਕਿਨ ਇਹ ਚੀਜ਼ ਐਕਸਕਲੂਸਿਵ ਹੈ ਜਿਹੜੀ। ਦੂਜਾ ਕਲਰ ਵੀ ਦੋਹੀ ਕਿਹੜਾ ਦਾ, ਦੂਜਾ ਕਲਰ ਆਏਗਾ ਜੀ ਇਹ 'ਚ ਲਾਈਟ ਜਿਹਾ ਗ੍ਰੀਨ ਹੈਗਾ, ਇਹ ਹੈਗਾ ਲਾਈਮ ਗ੍ਰੀਨ ਕਲਰ ਆ ਗਿਆ ਜਿਹੜਾ, ਇਹ ਹੈਗਾ ਲਾਈਟ ਜਿਹਾ ਬਲੂਸ਼ ਗ੍ਰੀਨ ਕਲਰ, ਜਿਵੇਂ ਪਿਸਤਾ ਗ੍ਰੀਨ ਕਲਰ, ਜਿਵੇਂ ਬਿਲਕੁਲ ਡਲ ਜਿਹਾ ਕਲਰ ਸੋਬਰ ਸੈਟਿੰਗ ਦੇ ਵਿੱਚ। ਕੰਮ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਚੀਜ਼। ਵਿਦ ਦੁਪੱਟਾ ਕੋਨਸੈਪਟ ਆਈ ਆਈਟਮ ਨੰਬਰ 5, ਪ੍ਰਾਈਸ ਪਏਗਾ 5490। 5490 ਲਓ ਜੀ। ਅਭੀ ਦੇਖੋ ਚੀਜ਼ਾਂ ਦੇਖੋ ਤੁਹਾਨੂੰ ਜੋ ਆ ਰਿਹਾ ਬਿਲਕੁਲ ਐਕਸਕਲੂਸਿਵ ਆ ਰਿਹਾ ਸਾਰਾ ਜੀ। ਇਹ ਸਾਰਾ ਡੋਰੀ ਦਾ ਕੰਮ ਹੈ ਜਿਹਦਾ, ਇਹ ਸਾਰਾ ਨਾ ਪੈਚ ਲੱਗੇ ਨੇ, ਸ਼ਿਮਰ ਦੇ ਪੈਚ ਨੇ, ਬਰੋਕਟ ਸ਼ਿਮਰ ਦੇ ਪੈਚ ਨੇ ਸਾਰੇ ਹੈਗੇ। ਉਹਦੇ ਉੱਪਰ ਡੋਰੀ ਦੀ ਸੈਟਿੰਗ ਹੈ, ਨਾਲ ਨਾਲ ਸੇਫਟੀ ਦੀ ਸੈਟਿੰਗ ਹੈ। ਇਹ ਸ਼ਰਟ ਦਾ ਘੇਰਾ ਆਏਗਾ ਦੇਖੋ ਇਸ ਤਰ੍ਹਾਂ ਜਿਹੜਾ, ਨੀਚੇ ਕਿਰਨ ਵਾਲੀ ਲੇਸ ਹੈ, ਫੁੱਲ ਬਾਜ਼ੂ ਦੀ ਆਪਸ਼ਨ ਆਏਗੀ, ਅਤੇ ਨਾਲ ਦੁਪੱਟਾ ਉਸ ਤੋਂ ਵੀ ਜ਼ਬਰਦਸਤ ਆਏਗਾ ਜੀ। ਇਹ ਗ੍ਰੇ ਕਲਰ ਹੈ ਜੀ, ਇਹਦਾ ਸਿੰਗਲ ਵੀ ਸੀ ਬੜੀ। ਦੁਪੱਟਾ ਬਹੁਤ ਪਿਆਰਾ, ਦੁਪੱਟੇ ਦੇ ਨਾ ਪੱਲਿਆਂ 'ਤੇ ਕੰਮ ਆਏਗਾ, ਇੱਕ ਲੈਂਥ ਵਾਲੇ ਪਾਸੇ ਪੂਰੀ ਐਮਬਰਾਇਡਰੀ ਆ ਜਾਏਗੀ। ਉੱਪਰ ਖਿਚਵਾਉਣਾ ਦੁਪੱਟਾ, ਇੱਧਰ ਦੁਪੱਟਾ ਖੁੱਲ੍ਹ ਆ ਪਾਸਾ ਕਰ ਨੀਚੇ ਕਰਕੇ। ਲਓ ਜੀ, ਤਿੰਨ ਪਾਸੇ ਦੁਪੱਟੇ 'ਚ ਹੈਵੀ ਬਾਰਡਰ ਆਏਗਾ, ਇੱਕ ਪਾਸੇ ਲਾਈਟ ਸਕੈਲਪਿੰਗ ਆਏਗੀ ਦੁਪੱਟੇ ਦੇ ਵਿੱਚ ਸਿਰਫ। ਸ਼ਰਟ ਦੁਪੱਟਾ ਸੇਮ ਫੈਬਰਿਕ ਆ ਜੀ, ਇਹਦਾ ਪੈਚਿੰਗ ਹੈ, ਬਹੁਤ ਐਕਸਕਲੂਸਿਵ ਚੀਜ਼ ਆ ਜੀ ਵਾਲੀ। ਸਿੰਗਲ ਪੀਸ ਪਿਓਰ ਜੋਰਜਟ ਔਰਗੈਨਜ਼ਾ ਦੇ ਉੱਤੇ ਗ੍ਰੇ ਕਲਰ ਦੇ ਉੱਤੇ ਮਲਟੀ ਪੈਚ ਦਾ ਕੰਮ ਕੀਤਾ ਬਰੋਕਟ ਦਾ, ਵਿਦ ਡੋਰੀ ਆਈਟਮ ਨੰਬਰ 6, ਪ੍ਰਾਈਸ ਪਏਗਾ 6940। ਠੀਕ ਹੈ, ਦੇਖੋ ਵੂਲਨ ਸਟਿੱਚ ਆ ਗਿਆ ਸਾਰਾ ਜੀ ਇਹਦਾ, ਵੂਲਨ ਸਟਿੱਚ। ਇਹ ਫੈਬਰਿਕ ਹੁਣ ਡਿਫਰੈਂਟ ਆ ਗਿਆ, ਪਿਓਰ ਜੋਰਜਟ ਔਰਗੈਨਜ਼ਾ ਉੱਤੇ ਨਾ ਇਹ ਵੂਲਨ ਸਟਿੱਚ ਦਾ ਕੰਮ ਆ ਗਿਆ ਦੇਖੋ, ਇਸ ਤਰ੍ਹਾਂ ਪੱਤੇ ਬਣੇ ਨੇ। ਇਹ ਤਿੰਨ ਪੱਤੇ ਨੀਚੇ ਗ੍ਰੀਨ ਕਲਰ ਦੇ ਆ ਗਏ, ਉੱਪਰ ਤਿੰਨ, ਦੋ ਇੰਚ ਯੈਲੋ ਆ ਗਏ, ਦੋ ਇੰਚ ਬਰਾਊਨ ਯੈਲੋ ਮਿਕਸ ਆ ਗਏ। ਇਹ ਸਾਰਾ ਵੂਲਨ ਦਾ ਵਰਕ ਹੁੰਦਾ, ਵੂਲਨ ਸਟਿੱਚ ਹੁੰਦਾ ਸਾਰਾ ਜਿਹੜਾ। ਇਹ ਪੂਰੀ ਸ਼ਰਟ ਦਾ ਘੇਰਾ, ਉੱਪਰ ਪਿੰਟੈਕਸ ਨੇ, ਸਾਈਡਾਂ ਦੇ ਉੱਤੇ ਹਲਕੀ ਹਲਕੀ ਵੇਲ ਚੱਲਦੀ ਪਈ ਹੈ। ਦੁਪੱਟਾ ਆਏਗਾ ਕੰਟਰਾਸਟ, ਦੇਖੋ ਦੁਪੱਟਾ ਇਸ ਤਰ੍ਹਾਂ। ਇਹ ਦੁਪੱਟਾ ਦੇਣਾ ਹੈ, ਚਾਰ ਵਨ ਸਾਈਡ ਬਾਰਡਰ ਆਏਗਾ, ਕੰਟਰਾਸਟ ਆਏਗਾ, ਸੈਂਟਰ ਦੇ ਵਿੱਚ ਪਿੰਟੈਕਸ, ਬਹੁਤ ਪਿਆਰੇ ਪੀਸ ਨੇ ਜਿਹੜੇ। ਸੱਤ ਨੰਬਰ ਆਈਟਮ 6940। ਜੀ ਕਿਆ ਪ੍ਰਿੰਟਿੰਗ ਦਾ ਕੋਨਸੈਪਟ ਆ ਗਿਆ, ਇਹ ਵੀ ਚੀਜ਼ ਬਹੁਤ ਪਿਆਰੀ ਹੈ ਜਿਹੜੀ। ਲਓ ਜੀ, ਇਹ ਨੀਚੇ ਕਿਰਨ ਦੀ ਲੇਸ ਆ ਗਈ, ਇਹ ਪ੍ਰਿੰਟਿੰਗ ਆ ਗਈ, ਸਾਰਾ ਹੈਂਡ ਪੇਂਟ ਆ ਜੀ ਇਹਦੇ 'ਚ। ਇਹ ਮਤਲਬ ਹੁੰਦਾ ਮਿਲ ਮੇਡ ਸਾਰਾ ਜੀ, ਉਹਦੇ ਉੱਪਰ ਫਿਰ ਕੜਦਾਣੇ ਦਾ ਕੰਮ ਕੀਤਾ ਹੋਇਆ, ਇਸ ਤਰ੍ਹਾਂ ਹੀ ਬਾਜ਼ੂ 'ਤੇ ਕੰਮ ਆ ਗਿਆ, ਗਰੇ ਦੇ ਉੱਤੇ ਯੈਲੋ ਸਾਰਾ ਜੀ, ਉਹ ਸਾਰਾ ਹੈਂਡਵਰਕ ਹੈ। ਦੁਪੱਟੇ ਦੇਖੋ ਇਹਦੇ 'ਚ, ਦੁਪੱਟੇ ਦੇ ਦੋਨੇ ਪੱਲੇ ਆ, ਦੂਜਾ ਪੱਲਾ ਵੀ ਘੁਮਾ ਰਹੇ ਇੱਧਰ ਨੂੰ, ਅਸੀਂ ਇੱਦਾਂ ਹੀ ਘੁਮਾ ਰਹੇ ਦੱਸ। ਹਾਂ ਦੇਖੋ ਦੋਨੇ ਪੱਲਿਆਂ ਉੱਤੇ ਆ ਗਏ ਸਾਰੇ। ਸ਼ਰਟ ਦੁਪੱਟਾ ਸੇਮ ਫੈਬਰਿਕ ਆ, ਪਿਓਰ ਜੋਰਜਟ ਔਰਗੈਨਜ਼ਾ ਦਾ, ਹਲਕਾ ਹਲਕਾ ਕੜਦਾਣੇ ਦੀ ਸੈਟਿੰਗ ਕੀਤੀ ਹੈ, ਨਾਲ ਨਾਲ 0 ਨੰਬਰ ਦੀ ਸਿੱਪੀ ਹੈ। ਦੁਪੱਟਿਆਂ ਉੱਤੇ ਸਿਰਫ ਪ੍ਰਿੰਟਿੰਗ, ਹਲਕੀ ਹਲਕੀ ਸੀਕੁਐਂਸ ਹੈ।
ਆਈਟਮ ਨੰਬਰ 8 ਪ੍ਰਾਈਜ਼ ਪਏਗਾ 7090 7090 ਉਹ ਜੀ ਪਿਓਰ ਮਲਸ ਦੇ ਵਿੱਚ ਇੱਕ ਪੀਸ ਹੋਰ ਮਿਲ ਗਿਆ, ਬਹੁਤ ਸੋਹਣਾ ਪੀਸ ਹੈ ਜੀ। ਇਹ ਆਈਬਰੀ ਕਲਰ ਹੈ ਅਤੇ ਬਲੈਕ ਇੰਬਰਾਇਡਰੀ, ਦੇਖੋ ਨੀਚੇ ਸਾਰੀ ਇੰਬਰਾਇਡਰੀ ਹੈਗੀ ਇਸ ਤਰ੍ਹਾਂ। ਇਹ ਦੇਖੋ ਕੰਮ, ਦੇਖੋ ਸਾਰਾ ਸਿੰਗਲ ਤਾਰ ਦਾ ਕੰਮ ਆ ਜੀ, ਇਹਦਾ ਇਹ ਸਿੰਗਲ ਤਾਰ ਦਾ ਕੰਮ ਆ ਸਾਰਾ ਜੀ ਇਹਦਾ। ਇਹਦੇ 'ਤੇ ਹਲਕਾ ਜਿਹਾ ਬਰਡਸ ਬਣੇ ਨੇ ਇਸ ਦਾ, ਹਾਂਜੀ ਬਟਰਫਲਾਈ ਹੈ ਜੀ ਇਹਦਾ। ਇਹਦੇ ਬਾਅਦ ਕੜਦਾਨੇ ਦੇ ਨਾਲ ਨਾਲ ਪਰ ਲੱਗਿਆ, ਸਿੱਪੀ ਲੱਗੀ ਹੈ, ਮਤਲਬ ਕੁੱਲ ਮਿਲਾ ਕੇ ਚੀਜ਼ ਜੱਚ ਰਹੀ ਹੈ ਪੂਰੀ ਜੀ। ਫਿਰ ਦੁਪੱਟੇ ਦੇ ਦੋਨੇ ਕੋਰਨਰ ਹੈ, ਦੁਪੱਟੇ ਦੇ ਦੋਨੇ ਕੋਰਨਰ ਹੈ, ਲੈਂਥ ਵਾਲੇ ਪਾਸੇ ਪੂਰੀ ਇੰਬਰਾਇਡਰੀ ਆਏਗੀ ਨਾਲ ਨਾਲ ਸਕੈਲਪਿੰਗ, ਬਹੁਤ ਐਕਸਕਲੂਸਿਵ ਪਿਓਰ ਮਲਸ ਦੇ ਉੱਤੇ ਹੈ ਜੀ ਲਈ। ਆਈਟਮ ਨੰਬਰ ਆਈ ਦੀ ਵੀਡੀਓ ਦੀ 9 ਪ੍ਰਾਈਜ਼ ਪਏਗਾ 4830। ਪਿਓਰ ਜੋਰਜਟ ਔਰਗੈਂਜ਼ਾ ਉੱਤੇ ਆਈਟਮ ਆਏਗੀ ਇਹ ਸਾਰੀ। ਨੀਚੇ ਇੱਕ ਤਾਂ ਸੈਲਫ ਇੰਬਰਾਇਡਰੀ ਆ ਗਈ ਇਸ ਤਰ੍ਹਾਂ, ਇਹਦੇ 'ਚ ਨੀਚੇ ਨੇਵੀ ਬਲੂ ਕੰਮ ਆ ਗਿਆ, ਫਿਰ ਇਹਦੇ 'ਚ ਇਸ ਤਰ੍ਹਾਂ ਬਾਰਡਰ ਆਪਣਾ ਆ ਗਿਆ ਇੰਬਰਾਇਡਰੀ ਦਾ, ਦਰਵਾਜ਼ਾ ਟਾਈਪ, ਫਿਰ ਇਹ ਫਲਾਵਰ ਸੈਟਿੰਗ ਆ ਗਈ ਇਹਦੇ 'ਚ। ਐਕਚੁਲੀ ਆਰ ਸਟੂਡੀਓ ਦਾ ਪੀਸ ਆਉਂਦਾ ਤਕਰੀਬਨ ਪਾਕਿਸਤਾਨੀ ਦੇ ਵਿੱਚ, ਉਹਦਾ ਰੇਟ ਨਿਕਲਦਾ ਤਕਰੀਬਨ 9500-9800 ਰੁਪਈਆ। ਆ ਦੇਖੋ ਪੂਰੀ ਸ਼ਰਟ ਦਾ ਇਸ ਤਰ੍ਹਾਂ ਫਰੰਟ ਆਏਗਾ, ਫੁੱਲ ਬਾਜ਼ੂ ਆ ਗਏ ਜਿਹਦੇ 'ਚ, ਬਾਜ਼ੂ ਵੀ 3/4 ਚੱਲਦੀ ਹੈ ਪੂਰੀ, ਅੱਜ ਕੱਲ੍ਹ ਫੁੱਲ ਬਾਜ਼ੂ ਚੱਲਦੀ ਹੈ, ਨਾਲ ਦੁਪੱਟਾ ਬਹੁਤ ਪਿਆਰਾ ਦੇਖੋ ਇਸ ਤਰ੍ਹਾਂ। ਪੂਰੀ ਲੈਂਥ ਵਾਲੇ ਪਾਸੇ ਇੰਬਰਾਇਡਰੀ ਹੈ, ਚਾਰੇ ਪਾਸੇ ਇਸ ਤਰ੍ਹਾਂ ਨਾਲ ਨਾਲ ਲੇਸ ਆਏਗੀ, ਮਤਲਬ ਲੇਸ ਨਹੀਂ ਇੰਬਰਾਇਡਰੀ ਹੁੰਦੀ ਹੈ, ਵਿੱਚ ਵਿੱਚ ਬੂਟੀ ਦਾ ਜਾਲ ਆਏਗਾ। ਸ਼ਰਟ ਦੁਪੱਟਾ ਜੋਰਜਟ ਔਰਗੈਂਜ਼ਾ ਕੈਮਲ ਕਲਰ ਹੈ ਜੀ, ਸਿਲਕ ਦੀ ਬੋਟਮ। ਆਈਟਮ ਨੰਬਰ 10 ਪ੍ਰਾਈਜ਼ ਹੈਗਾ 6040, 6040, ਸਿਰਫ 6040 ਐਕਸਕਲੂਸਿਵ ਟੇਸਟ। ਉਹ ਜੀ ਦੇਖੋ ਪਿਓਰ ਜੋਰਜਟ ਔਰਗੈਂਜ਼ਾ ਦੇ ਉੱਤੇ ਤੁਸੀਂ ਚੀਜ਼ਾਂ ਦੇਖੋ, ਕਮਾਲ ਦੇ ਪੀਸ ਤੁਹਾਨੂੰ ਦਿਖਾ ਰਿਹਾ ਸਾਰੇ ਜਿਹੜੇ। ਲਓ ਜੀ ਪਿਓਰ ਦੀ ਬੋਟਮ ਆਏਗੀ, ਇਹਦੇ 'ਤੇ ਦੋ ਬਰੋਚ ਆਉਣਗੇ ਇਸ ਤਰ੍ਹਾਂ, ਸਾਰਾ ਹੈਂਡ ਵਰਕ ਹੈ, ਦਬਕੇ ਦਾ ਕੰਮ ਆਏਗਾ ਜੀ ਇਹਦਾ, ਨੀਚੇ ਘੇਰੇ 'ਤੇ ਕੰਮ ਆ ਗਿਆ, ਦਬਕੇ ਦਾ ਦੂਜਾ ਕੋਰਨਰ ਇੱਧਰ ਆਏਗਾ, ਨੀਚੇ ਕਰਨ ਦੀ ਲੇਸ ਆ, ਇਹ ਬਾਜ਼ੂ ਆਉਣਗੇ ਫੁੱਲ, ਬਿਲਕੁਲ ਸਲੀਕ ਜਿਹਾ ਨੈੱਕ ਆਏਗਾ ਨਾਲੇ ਇਸ ਤਰ੍ਹਾਂ, ਬਸ ਇੱਥੇ ਰੱਖ ਦੇ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਆਹ ਨਾਲ ਦੁਪੱਟਾ ਦੇਖੋ, ਦੁਪੱਟੇ ਦੇ ਵਿੱਚ ਇਹਦੇ 'ਚ ਪ੍ਰਿੰਟਿੰਗ ਵੀ ਹੈ, ਉਹਦੇ ਉੱਪਰ ਇੰਬਰਾਇਡਰੀ ਹੈ, ਕਿਰਨ ਵਾਲੀ ਲੇਸ ਹੈ, ਹਰ ਫਲਾਵਰ ਉੱਤੇ ਸੀਕੁਐਂਸ ਹੈ, ਪਰਲ ਹੈ, ਕੜਦਾਨਾ ਵਾ, ਲਓ ਜੀ ਇੱਕ ਇੱਕ ਪੀਸ ਤੁਹਾਨੂੰ ਛਾਂਟ ਕੇ ਦੱਸਦਾ ਜੋ ਲੇਟੈਸਟ ਹੁੰਦਾ ਜੀ ਸਾਰਾ। ਫੁੱਲ ਬਾਜ਼ੂ ਦੀ ਆਪਸ਼ਨ ਹੈ, ਕਰੇਪ ਦੀ ਬੋਟਮ। ਆਈਟਮ ਨੰਬਰ 11 ਪ੍ਰਾਈਜ਼ ਪਏਗਾ 9960। ਮੇਰਾ ਗ੍ਰੀਨ ਪੀਸ ਰੱਖਿਆ ਨਾ ਮੇਰਾ ਫਾਈਨਲ ਸੀਗਾ, ਦੋ ਪੀਸ ਆਏ ਸੀਗੇ ਪਿਓਰ ਜੋਰਜਟ ਉੱਤੇ, ਪਹਿਲਾਂ ਸਾਰੀ ਇਹ 'ਚ ਸੀਕੁਐਂਸ ਦਾ ਕੰਮ ਹੈ, ਫਿਰ ਚੱਲ ਕੇ ਜੀ ਬਰਸ਼ਿੰਗ ਹੈ, ਇਹਦੇ ਉੱਪਰ ਪਰਲਸ ਦਾ ਕੰਮ ਹੈ ਸਾਰਾ ਇਸ ਤਰ੍ਹਾਂ, ਜੀ ਲਾਈਟ ਐਂਡ ਡਾਰਕ ਲੱਗੇ ਨੇ, ਪਿੰਕ ਦੇ, ਬਲੈਕ ਅਤੇ ਕਰੀਮ ਲੱਗਿਆ ਹੋਇਆ, ਬਸ ਇੰਨੀ ਕੁ ਵਰਾਇਟੀ ਹੈ। ਨੀਚੇ ਇਸ ਤਰ੍ਹਾਂ ਹਲਕੀ ਹਲਕੀ ਲੇਸ ਆ ਗਈ, ਦੁਪੱਟਾ ਬਹੁਤ ਐਕਸਕਲੂਸਿਵ ਹੈ, ਦੁਪੱਟਾ ਹਾਫ ਐਂਡ ਹਾਫ ਆਏਗਾ, ਦੇਖੋ ਇੱਕ ਬੂਟਾ ਆ ਗਿਆ ਇਹ 'ਚ ਪ੍ਰਿੰਟਿੰਗ ਦਾ, ਫਿਰ ਸੈਕਿੰਡ ਲਾਈਟ 'ਤੇ ਆਏਗਾ, ਥਰਡ ਵੀ ਦੱਸੋ ਭਾਈ ਨੂੰ, ਤੀਜਾ ਪਾਸਾ ਵੀ ਕਰੋ, ਤੀਜਾ ਫਿਰ ਡਾਰਕ 'ਤੇ ਆ ਗਿਆ, ਦੇਖੋ ਐਕਸਕਲੂਸਿਵ ਟੇਸਟ। ਇਹ ਹੁੰਦੀਆਂ ਚੀਜ਼ਾਂ, ਮਤਲਬ ਗੱਲਬਾਤ ਆ ਗਈਆਂ ਜੀ। ਪਿਓਰ ਜੋਰਜਟ ਦੇ ਸ਼ਰਟ ਦੁਪੱਟਾ ਕਰੇਪ ਦੀ ਬੋਟਮ, ਆਈਟਮ ਨੰਬਰ 12 ਪ੍ਰਾਈਜ਼ ਪਏਗਾ ਸਿਰਫ 4680।
ਜੀ ਉਹਦੇ 'ਚ ਸੈਕਿੰਡ ਡਿਜ਼ਾਇਨ ਆ ਗਿਆ ਪ੍ਰਿੰਟਿੰਗ ਦੇ ਵਿੱਚ ਹੀ। ਦੇਖੋ ਹਰ ਪੀਸ ਦੇ ਬਾਅਦ ਤੁਹਾਨੂੰ ਵਰਾਇਟੀ, ਡਿਜ਼ਾਇਨਿੰਗ, ਕਲਰ ਮੈਚਿੰਗ ਸਭ ਕੁਛ ਚੇਂਜ ਹੋ ਰਿਹਾ। ਦੇਖੋ ਜੀ ਇਹਦੇ 'ਚ ਨੀਚੇ ਕਿਰਨ ਦੀ ਲੇਸ ਆ ਗਈ ਇਸ ਤਰ੍ਹਾਂ ਜੀ ਇਹਦੇ 'ਚ। ਮੈਂ ਦੇਖੋ ਇਹ 'ਚ ਖਿੱਚਾ ਦਾ ਕੰਮ ਹੈ ਸਾਰਾ ਹੀ ਇਹਦਾ, ਸਾਰਾ ਟੋਟਲ ਹੈਂਡ ਵਰਕ ਹੈ ਇਹ 'ਚ। ਦਬਕਾ ਵਾ, ਪਰਲਸ ਆ, ਉੱਪਰ ਇਹਦੇ 'ਚ ਬਰੱਸ਼ਿੰਗ ਆ ਗਈ ਸਾਰੀ ਇਸ ਤਰ੍ਹਾਂ ਇਹਦੇ 'ਚ। ਸਿੱਪੀ ਦਾ ਕੰਮ ਆ ਗਿਆ ਨਾਲ ਇਹਦੇ 'ਚ, ਹਲਕਾ ਹਲਕਾ ਦਬਕਾ ਦਾ ਕੰਮ ਆ ਗਿਆ, ਫੁੱਲ ਬਾਜ਼ੂ ਆ ਗਈ ਨਾਲ ਇਸ ਤਰ੍ਹਾਂ ਇਹਦੇ 'ਚ। ਅਤੇ ਆਹ ਨਾਲ ਦੁਪੱਟਾ ਦੇਖੋ, ਓਏ ਹੋਏ 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 ਹੋਏ, ਜ਼ਬਰਦਸਤ ਚੀਜ਼। ਬਟ ਦੋਨੇ ਪੱਲੇ ਨੇ ਬੇਟੇ ਉੱਪਰ ਖਿਚਵਾਉਣਾ, ਜਾਂ ਦੂਜਾ ਪੱਲਾ ਵੀ ਘੁਮਾ ਦੇ ਇੱਧਰ ਨੂੰ। ਅਤੇ ਆਹ ਦੇਖੋ ਦੁਪੱਟੇ, ਸਾਰਾ ਟੋਟਲ ਹੈਂਡ ਵਰਕ ਆ ਦੁਪੱਟੇ ਜੀ। ਇੱਕ ਇੱਕ ਪੀਸ ਤੁਹਾਨੂੰ ਮੈਡਮ ਸੁਪਰ ਡੁਪਰ ਲਾਈਦਾ, ਬਿਲਕੁਲ ਨਵੇਂ ਆਰਟੀਕਲ ਨੇ ਤੁਹਾਨੂੰ ਪੂਰੇ ਆਲ ਓਵਰ ਇੰਡੀਆ 'ਚ। ਤੁਸੀਂ ਕਿਸੇ ਵੀ ਫੇਸਬੁੱਕ 'ਤੇ ਵੀਡੀਓ ਖੋਲੋਗੇ ਤੁਹਾਨੂੰ ਇਹ ਕੋਨਸੈਪਟ ਨਹੀਂ ਦਿਖਾਉਣੇ, ਇਹ ਚੀਜ਼ਾਂ ਨੇ ਮਤਲਬ ਸੋਚ ਤੋਂ ਪਰੇ। ਹਾਂਜੀ, ਆਈਟਮ ਨੰਬਰ 13 'ਤੇ ਪ੍ਰਾਈਜ਼ ਪਏਗਾ 10,570। ਲਓ ਜੀ, ਕਿਆ ਗੋਲਾਰੀ ਦੇ ਵਿੱਚ ਹੀ ਹੋਰ ਕੋਨਸੈਪਟ ਆ ਗਿਆ। ਲਓ ਜੀ, ਇਹ ਵੀ ਆਈਟਮ ਸਾਡੀ ਬਹੁਤ ਪਾਸ ਹੈ, ਗਾਜ਼ਰੀ ਪਿੰਕ ਕਲਰ ਬਣਦਾ ਸੋਫਟ ਦੇ ਵਿੱਚ। ਇਹਦੇ ਉੱਪਰ ਸਾਰਾ ਨੀਚੇ ਪਹਿਲਾਂ ਆਰੀ ਦਾ ਕੰਮ ਹੈ, ਨਾਲ ਨਾਲ ਪੋਦ ਮੋਤੀ ਚੱਲਦਾ ਨੀਚੇ ਘੇਰੇ 'ਚ। ਫਿਰ ਇਹਦੇ 'ਚ ਇੱਕ ਬਰੋਚ ਆ ਗਿਆ ਨੀਚੇ, ਉਹਦੇ 'ਚ ਆਰੀ ਦਾ ਕੰਮ ਹੈ, ਧਾਗੇ ਦਾ ਅਤੇ ਤਿੱਲੇ ਦਾ। ਫਿਰ ਨਾਲ ਨਾਲ ਸਿੱਪੀ ਦਾ ਉਹਨੂੰ ਹਾਈਲਾਈਟ ਕੀਤਾ ਹੋਇਆ, ਇੱਕ ਬਰੋਚ ਫਿਰ ਉੱਪਰ ਇੱਕ ਸਾਈਡ ਦੇ ਉੱਤੇ ਆ ਗਿਆ, ਉੱਪਰ ਕੁੜਤਾ ਪੱਟੀ ਨੈਕ ਨਾਲ ਫੁੱਲ ਬਾਜ਼ੂ ਆ ਗਏ ਇਸ ਤਰ੍ਹਾਂ। ਠੀਕ ਹੈ ਜੀ, ਬੋਟਮ ਪਿਓਰ ਦੀ ਆਊਗੀ ਨਾਲ ਇਹਦੇ, ਇਹ ਵੀ ਪਿਓਰ ਦੇ ਵਿੱਚ ਆ, ਪਿਓਰ ਜੋਰਜਟ ਔਰਗੈਂਜ਼ਾ ਵਾ, ਇੱਕਦਮ ਫੋਲਿੰਗ ਕੱਪੜਾ ਹੁੰਦਾ ਇਹ, ਮਤਲਬ ਖੜਾ ਖੜਾ ਕੱਪੜਾ ਨਹੀਂ ਹੁੰਦਾ, ਕਿਉਂਕਿ ਸਟੈਂਡਿੰਗ ਕੱਪੜਾ ਕੋਈ ਵੀ ਲਾਈਕ ਨਹੀਂ ਕਰਦਾ ਇਹਦਾ। ਆਹ ਦੇਖੋ ਨਾਲ ਦੁਪੱਟਾ ਹੈ ਇਸ ਤਰ੍ਹਾਂ, ਦੂਜਾ ਪਾਸਾ ਉੱਧਰ ਕੁਮਾਰੀ ਦੁਪੱਟੇ ਦਾ। ਤਾਂ ਪੱਲੇ ਆ ਗਏ ਇੱਧਰ ਜੀ, ਇੱਥੇ ਰੱਖ ਦਿੰਦੇ ਥੋੜ੍ਹੇ ਦੁਪੱਟੇ, ਆਹ ਦੋਨੇ ਪੱਲਿਆਂ ਉੱਤੇ ਕੰਮ ਆ ਗਿਆ ਦੁਪੱਟੇ ਦੇ। ਲਓ ਜੀ, ਐਕਸਕਲੂਸਿਵ ਟੇਸਟ ਹੈ ਜੀ, ਸੋਚ ਤੋਂ ਪਰੇ ਆਈਟਮਾਂ। ਦਿਓ ਜੀ ਪ੍ਰਾਈਜ਼ ਬੇਟਾ ਕੀ ਨਿਕਲਿਆ, ਪਿਓਰ ਦਾ ਕੋਨਸੈਪਟ ਹੈ, ਪਿਓਰ ਦੀ ਬੋਟਮ ਆਈਟਮ ਨੰਬਰ 14 ਸਿਰਫ 8,000 ਰੁਪਈਏ ਜੀ। ਚਲੋ ਜੀ, ਲਓ ਜੀ, ਕਿਆ ਪਿਓਰ ਕਰੀਬ ਉੱਤੇ ਪ੍ਰਿੰਟਿੰਗ ਦੇ ਵਿੱਚ ਆਈਟਮ ਆਈ ਹੈ, ਵਿੱਚ ਬਹੁਤ ਸੋਹਣੀ ਹੈਗੀ ਹੈ। ਸਾਰਾ ਪ੍ਰਿੰਟਿੰਗ ਦਾ ਕੋਨਸੈਪਟ ਆਈ ਇਹਦਾ, ਨੀਚੇ ਇਸ ਤਰ੍ਹਾਂ ਡਾਰਕ ਬਲੂ ਆ ਗਿਆ, ਉੱਪਰ ਗ੍ਰੇ ਆ ਗਿਆ, ਇਹ ਸਾਰਾ ਪ੍ਰਿੰਟ ਜੀ। ਨਾਲ ਨਾਲ ਸਿੱਪੀ ਚੱਲਦੀ ਪਈ ਹਲਕੀ ਹਲਕੀ, ਇਹ ਸ਼ਰਟ ਦਾ ਪੂਰਾ ਘੇਰਾ ਆ ਗਿਆ, ਹਲਕਾ ਹਲਕਾ ਹਰ ਬੂਟੀ ਉੱਤੇ ਹਲਕਾ ਹਲਕਾ ਆਊਟਿੰਗ ਆ ਗਈ ਇਹਦੇ 'ਚ। ਇਹ ਨਾਲ ਦੁਪੱਟਾ ਹੈ, ਚਰੋਨ ਛਪਾਉਣ ਦਾ ਦੁਪੱਟਾ, ਪਿਓਰ ਕਰੇਬ ਦਾ ਸੂਟ ਹੈ, ਪੂਰੀ ਸ਼ਰਟ ਦਾ ਫਰੰਟ ਫੁੱਲ ਬੈਕ ਕਰੇਬ ਦੀ ਬੋਟਮ ਆਈਟਮ ਨੰਬਰ 15 ਸਿਰਫ 3780 ਰੁਪਈਏ ਜੀ। ਲਓ ਜੀ, ਕਿਹਾ ਵੀ ਦੇਣਾ ਜਰਾ ਜੀ, ਪ੍ਰਿੰਟਿੰਗ ਦੇ ਵਿੱਚ ਕੋਨਸੈਪਟ ਆਏਗਾ ਸਾਰਾ, ਇਹ ਪ੍ਰਿੰਟਿੰਗ ਹੈ, ਇਹਦੇ ਉੱਪਰ ਕੰਮ ਦੇਖੋ ਜਰਾ ਤੁਸੀਂ ਕੀਤਾ ਹੈਗਾ। ਇਹ ਚੀਜ਼ਾਂ ਮੈਡਮ ਦੁਬਾਰਾ ਨਹੀਂ ਮਿਲਣੀਆਂ ਜੀ ਇਹਦੀਆਂ, ਸਾਰਾ ਇਹਨੂੰ ਬੋਲਦੇ ਨੇ ਸਬੋਰੀ ਡਾਇੰਗ। ਇਹ ਸਿੱਪੀ ਦਾ ਕੰਮ ਹੈ ਸਾਰਾ, ਨਾਲ ਨਾਲ ਤਿੱਲਾ ਚੱਲਦਾ ਪਿਆ ਇਹਦੇ 'ਚ। ਆਹ ਉੱਪਰ ਕੰਮ ਦੇਖੋ ਸਾਰਾ ਜੀ ਇਹਦੇ 'ਚ, ਇਹ ਸਾਰਾ ਦਬਕਰ ਦੀ ਜਿਹੜੇ ਬਿਲਕੁਲ ਠੀਕ ਕਰਦੇ, ਇਹ ਦਬਕੇ ਦਾ ਕੰਮ ਹੈ, ਨਾਲ ਨਾਲ ਸਿੱਪੀ ਆ, ਨਾਲ ਨਾਲ ਪੋਲ ਮੋਤੀ ਸਾਰਾ ਜੀ। ਨੀਚੇ ਕਰਕੇ ਤਾਂ ਕੰਨੇ ਕੁੜੇ, ਇਹਦੇ ਹਲਕਾ ਜਿਹਾ ਬੋਟਮ ਦੇ ਵੀ ਕੰਮ ਆਏਗਾ ਜੀ ਇਸ ਤਰ੍ਹਾਂ, ਪਲਾਜ਼ੋ ਦੇ ਵੀ ਕੰਮ ਆਏਗਾ ਨਾਲ, ਪਿਓਰ ਕੇਪ ਦਾ ਪਲਾਜ਼ੋ ਹੋਇਆ। ਨੈਕ ਨੀਚੇ ਕਰਕੇ ਰੱਖ,
ਦੇਖੋ ਸੈਟਿੰਗ ਦੇਖੋ ਤੁਸੀਂ ਕੀਤੀ ਕੰਮ ਦੇਖੋ ਜਰਾ ਇਹ ਮਤਲਬ ਪੰਦਰਾਂ ਅਠਾਰਾਂ ਹਜ਼ਾਰ ਰੁਪਈਏ ਖਰਚ ਕੇ ਵੀ ਆਪਾਂ ਨੂੰ ਇੱਦਾਂ ਦੀ ਬਿਊਟੀ ਨਹੀਂ ਮਿਲਣੀ। ਨੀਚੇ ਲੋਅਰ 'ਤੇ ਕੰਮ ਆਏਗਾ, ਦੁਪੱਟਾ ਆਏਗਾ ਫੋਰ ਸਾਈਡ ਦੇ ਵਿੱਚ, ਦੁਪੱਟਾ ਟੂ ਟੋਨ ਆ ਗਿਆ ਨਾ, ਇੱਕ ਪਾਸੇ ਸਕਿਨ ਆ ਗਿਆ, ਇੱਕ ਪਾਸੇ ਬਲੂ ਆ ਗਿਆ, ਚਾਰੇ ਪਾਸੇ ਬਾਰਡਰ ਹੈ, ਟੋਟਲ ਸਾਰੇ ਹੈਂਡ ਵਰਕ ਦੇ ਬੂਟੇ ਨੇ, ਮਤਲਬ ਪਲੱਸ 15 ਜਾਣੀ ਪੀਸ ਦੀ ਆਪਾਂ ਨੂੰ ਬਿਊਟੀ। ਇਹਦੀ ਆਈਟਮ ਨੰਬਰ ਅੱਜ ਦੀ ਵੀਡੀਓ ਦੀ 16 'ਤੇ ਪ੍ਰਾਈਜ਼ ਪਏਗਾ 10,380 ਰੁਪਏ। ਲਓ ਜੀ ਇਹ ਕਿਆ ਦੇਖੋ, ਥੋੜ੍ਹਾ ਜਿਹਾ ਮੀਡੀਅਮ ਦੇ ਵਿੱਚ ਆਈਟਮ ਆਈ ਹੈ, ਪਿਓਰ ਬਨਾਰਸੀ ਆਈਟਮ ਆ ਗਿਆ ਸ਼ਿਮਰ ਉੱਤੇ ਜੀ। ਇੱਕ ਇਹ 'ਚ ਰੇਸ਼ਮ ਦੀ ਵੀਵਿੰਗ ਹੈ, ਇੱਕ ਤਿੱਲੇ ਦੀ ਵੀਵਿੰਗ ਹੈ, ਠੀਕ ਹੈ ਜੀ। ਇਹਦੇ 'ਚ ਦੇਖੋ ਕੰਮ ਸਾਰਾ ਨੀਚੇ ਕੀਤਾ, ਦਬਕੇ ਦਾ ਕੰਮ ਹੈ, ਖਿੱਚਾ ਦਾ ਕੰਮ ਹੈ, ਪਲਸ ਦਾ ਕੰਮ ਹੈ, ਨੀਚੇ ਘੇਰੇ 'ਤੇ ਲੇਸ ਆ ਗਈ, ਉੱਪਰ ਪੂਰੀ ਬੂਟੀ ਆਏਗੀ ਹੈਂਡਵਰਕ ਦੀ ਇਸ ਤਰ੍ਹਾਂ, ਅਤੇ ਨਾਲ ਦੁਪੱਟਾ ਆਏਗਾ ਫੋਰ ਸਾਈਡ ਦੇ ਵਿੱਚ, ਦੁਪੱਟੇ 'ਤੇ ਪੂਰਾ ਬੂਟੀ ਦਾ ਜਾਲ ਆਏਗਾ, ਨਾਲ ਨਾਲ ਲੇਸ ਆਏਗੀ, ਥੋੜ੍ਹਾ ਜਿਹਾ ਸੋਬਰ ਵੀ ਹੈ, ਮਤਲਬ ਮੀਡੀਅਮ ਵੀ ਹੈ ਜੀ ਇਹਦਾ। ਪਿਓਰ ਕਰੀਮ ਦੀ ਬੋਟਮ ਹੈ, ਵਾਸ਼ੇਬਲ ਆਈਟਮ ਹੈ, 17 ਨੰਬਰ ਆਈਟਮ 6760 6760 ਆਈਟਮ ਨੰਬਰ 17। ਲਓ ਜੀ ਪਿਓਰ ਜੋਰਜਟ ਔਰਗੈਂਜ਼ਾ ਉੱਤੇ ਆਈਟਮ ਹੋਰ ਆ ਗਈ ਵੀ ਬਹੁਤ ਸੋਹਣੀ ਹੈ ਜੀ। ਲਓ ਜੀ ਪੀਸ ਦੀ ਵਰਤ ਹੈਗੀ ਹੈ 15 ਪਲੱਸ ਦੀ, ਪੀਸ ਦੀ ਗਟਮ ਦੇਖੋ ਤੁਸੀਂ ਆ ਕੀਤੀ ਜੀ, ਹੈ ਗੱਲਬਾਤ ਪੂਰੀ ਜੀ। ਔਰ ਕੰਮ ਦੇਖੋ ਸਾਰਾ ਸਿੱਪੀ ਦਾ ਕੰਮ ਹੈ, ਦੋ ਤਰ੍ਹਾਂ ਸਿੱਪੀ ਹੈ, ਇੱਕ ਲਾਈਟ ਗੋਲਡਨ ਇੱਕ ਲਾਈਟ ਬਲੂ, ਕੜਦਾਣਾ ਚੱਲਦਾ ਪਿਆ, ਨਾਲ ਨਾਲ ਦਬਕਾ ਵਾ, ਪਰਲ ਦੀ ਸੈਟਿੰਗ ਹੈ, ਛੋਟੇ ਵੱਡੇ ਪਰਲਸ ਲੱਗੇ ਨੇ, ਨਾਲ ਨਾਲ ਸਿੱਪੀ ਹੈ, ਨਾਲ ਨਾਲ ਤਿੱਲਾਂ ਨੀਚੇ, ਇਹ ਘੇਰਾ ਆਏਗਾ ਸਾਰਾ ਹੀ ਇਹਦਾ, ਇਹ ਉੱਪਰ ਬੂਟੇ ਵੀ ਦੇਖੋ 1 2 3 4 5 5 4 ਦੀ ਲਾਈਨ ਹੈ, ਇਹਨੇ 1 2 3 ਦੀ ਲਾਈਨ ਪਾਤੀ ਉਹਨੇ, ਪੂਰੇ ਹੈਵੀ ਬੂਟੇ ਨੇ ਉੱਪਰ ਤੱਕ ਨੈਕ ਲੇਵਲ ਤੱਕ ਪੂਰਾ ਪੂਰੀ ਐਨ ਕਵਰ ਹੋਏਗਾ ਸਾਰਾ, ਮਤਲਬ ਬੋਡੀ 'ਤੇ ਨਹੀਂ ਕਿ ਸਾਈਡਾਂ ਤੋਂ ਪਲੇਨ ਆ ਜਾਏਗਾ ਨਾ, ਪੂਰਾ ਉੱਪਰ ਤੱਕ ਐਮਬਰਾਇਡਰੀ ਆਏਗੀ, ਫੁੱਲ ਬਾਜ਼ੂ ਬਣਗੇ, ਦੁਪੱਟਾ ਆਏਗਾ ਫੋਰ ਸਾਈਡ ਦੇ ਵਿੱਚ, ਦੁਪੱਟੇ ਦੇ ਚਾਰੇ ਪਾਸੇ ਲੇਸ ਵੀ ਹੈ, ਐਮਬਰਾਇਡਰੀ ਵੀ ਹੈ, ਕੋਰਨਰ 'ਤੇ ਬੂਟੇ ਵੀ ਨੇ, ਵਿੱਚ ਵਿੱਚ ਕੜਦਾਨੇ ਦੀ ਲਾਈਨਾਂ ਵੀ ਨੇ, ਲਾਈਟ ਬਲੂ ਕਲਰ ਹੈ, ਸ਼ਰਟ ਹੈਗੀ ਸ਼ਿਮਰ ਦੀ, ਦੁਪੱਟਾ ਵੀ ਟਿਸ਼ੂ ਸ਼ਿਮਰ ਦੇ ਵਿੱਚ, ਕਰੇਪ ਦੀ ਬੋਟਮ, 18 ਨੰਬਰ ਆਈਟਮ 9620 ਰੁਪਈਏ। ਸ਼ਿਮਰ ਦੇ ਵਿੱਚ ਆਈਟਮ ਆਈ ਜਿਹੜੀ ਹੈਂਡ ਵਰਕ ਟੋਟਲ ਆਲ ਓਵਰ ਪੂਰੀ ਸ਼ਰਟ ਦਾ ਫਰੰਟ ਆਏਗਾ, ਇਹ ਸਾਰਾ ਕੜਦਾਨੇ ਦਾ ਸਿੱਪੀ ਚੱਲਦੀ ਹੈ, ਇਹ ਸਾਰਾ ਤਿੱਲੇ ਨਾਲ ਦਬਕੇ ਦਾ ਕੰਮ ਆਏਗਾ, ਪਿੱਟਾ ਵਰਕ ਦਾ ਵਿੱਚ ਵਿੱਚ ਨਾਲ ਨਾਲ ਪਰਲ ਆ ਗਿਆ, ਦਬਕਾ ਆ ਗਿਆ, ਇਹ ਪੂਰੀ ਸ਼ਰਟ ਦਾ ਘੇਰਾ ਆਏਗਾ। ਇਸ ਤਰ੍ਹਾਂ ਨੀਚੇ ਬੋਟਮ 'ਤੇ ਕੰਮ ਆਏਗਾ ਹਲਕਾ ਜਿਹਾ, ਕਿਰਨ ਵਾਲੀ ਨੀਚੇ ਲੇਸ ਆ ਗਈ, ਨੈਕ ਤੁਸੀਂ ਆਪਣੀ ਮਰਜ਼ੀ ਨਾਲ ਦੇਣਾ, ਬਾਜ਼ੂ 'ਤੇ ਵੀ ਇੱਕ ਬੂਟਾ ਆਏਗਾ ਅਤੇ ਦੁਪੱਟਾ ਆਏਗਾ, ਸੇਮ ਸਟੱਫ ਦੇ ਵਿੱਚ ਦੁਪੱਟਾ ਆਏਗਾ, ਸ਼ਿਮਰ ਦੇ ਵਿੱਚ ਆ ਜੀ, ਸਾਰੇ ਕਲਰ ਹੀ ਬੜੇ ਪਿਆਰੇ ਨੇ ਜੀ, ਪ੍ਰੋਪਰ ਗਾਜ਼ਰੀ ਕਲਰ ਹੈ। ਦੇਖੋ ਜੀ ਪ੍ਰਾਈਜ਼ ਕੀ ਨਿਕਲਿਆ, ਪਿਓਰ ਕੇਪ ਦੀ ਬੋਟਮ ਹੈ, ਸ਼ਰਟ ਬੱਟਾ ਸ਼ਿਮਰ ਆਈਟਮ ਨੰਬਰ 19, ਅਤੇ ਪ੍ਰਾਈਜ਼ ਇਹਦਾ ਆਪਾਂ ਨੂੰ ਪਏਗਾ ਸਿਰਫ 6710 ਰੁਪਈਏ ਜੀ, 6710। ਲਓ ਜੀ ਕਿਆ ਪਿਓਰ ਕਰੇਪ ਉੱਤੇ ਆਈਟਮ ਹੈ ਜੀ, ਇਹਦਾ ਲਾਸਟ ਪੀਸ ਹੈ ਜੀ ਅੱਜ ਦੀ ਵੀਡੀਓ ਦਾ, ਪਿਓਰ ਕਰੇਪ 'ਤੇ ਬਣ ਕੇ ਆਈ ਇਹਦਾ ਦੇਖੋ ਕੰਮ, ਇਹ ਸਾਰਾ ਦੇਖੋ ਨੀਚੇ ਕੜਦਾਨੇ ਦਾ, ਨਾਲ ਨਾਲ ਸਿੱਪੀ ਹੈ, ਇਹ 'ਚ ਦਬਕੇ ਦਾ ਕੰਮ ਵੀ ਹੈ, ਕੜਦਾਨੇ ਦਾ ਕੰਮ ਵੀ ਹੈ, ਫਰੋਜ਼ਾ ਕਲਰ ਆਈ ਪ੍ਰੋਪਰ ਪਿਓਰ ਕਰੇਪ ਉੱਤੇ, ਸ਼ਰਟ ਦਾ ਘੇਰਾ ਆ ਗਿਆ ਨੀਚੇ ਪਹਿਲਾਂ ਬੋਰਡਰ, ਉੱਪਰ ਪੂਰਾ ਜਾਲ ਆ ਗਿਆ, ਫੁੱਲ ਬਾਜ਼ੂ ਆ ਗਈ, ਫੋਰ ਸਾਈਡ ਦੁਪੱਟਾ ਆਏਗਾ ਇਹਦਾ,
ਚਨੌਨ ਛਪਾਉਣ ਦਾ, ਕਰੇਬ ਦਾ ਸੂਟ ਚਨੌਨ ਛਪਾਉਣ ਦੀ ਚੁੰਨੀ। ਦੋ ਜੀ ਪ੍ਰਾਈਜ਼ ਕੀ ਨਿਕਲਿਆ ਬੇਟੇ? ਆਈਟਮ ਨੰਬਰ ਅੱਜ ਦੀ ਵੀਡੀਓ ਦੀ 20 ਅਤੇ ਪ੍ਰਾਈਜ਼ ਪਏਗਾ ਸਿਰਫ 4520 ਰੁਪਈਏ। ਪਿਓਰ ਕਰੇਬ ਦਾ ਸੂਟ ਆ ਜੀ, ਚਨੌਨ ਛਪਾਉਣ ਦੀ ਚੁੰਨੀ ਹੈ, 4 ਸਾਈਡ ਬਾਰਡਰ ਹੈ, ਸ਼ਰਟ ਦਾ ਪੂਰਾ ਘੇਰਾ, ਫੁੱਲ ਬਾਜ਼ੂ। ਲਓ ਜੀ ਅਤੇ ਨੰਬਰ ਇੱਕ ਵਾਰੀ ਫੇਰ ਨੋਟ ਕਰੋ ਪਲੀਜ਼, ਜਿਹੜੇ 3 ਨੰਬਰ ਅਸੀਂ ਦਿਖਾਉਂਦੇ ਹਾਂ ਸਟੋਰ ਦੇ। ਲਓ ਜੀ ਇਹ 3 ਨੰਬਰ ਸਾਡੇ ਸਟੋਰ ਦੇ, 3 ਨੰਬਰਾਂ 'ਤੇ ਵਟਸਐਪ ਚੱਲਦਾ, ਤੁਹਾਨੂੰ ਜੋ ਜੋ ਚੰਗਾ ਲੱਗਦਾ ਤੁਸੀਂ ਪਿੱਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ। ਅਤੇ ਇਹ 2 ਨੰਬਰ ਸਾਡੇ ਹੋਲਸੇਲ ਸੈਕਸ਼ਨ ਦੇ ਨੇ, ਅਗਰ ਤੁਸੀਂ ਹੋਲਸੇਲ ਬਾਏ ਕਰਨਾ ਚਾਹੁੰਦੇ ਫਿਰ ਤੁਸੀਂ ਇਹਨਾਂ ਨੰਬਰਾਂ 'ਤੇ ਕੋਂਟੈਕਟ ਕਰ ਸਕਦੇ ਹੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।